ਆਪ ਜੀ ਦੂਰਗੜ੍ਹ ਵਿਖੇ ਪਹੁੰਚਿਆ। ਇਹ ਅਸਥਾਨ ਤਰਨ ਤਾਰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਜਨਮ ਤੋਂ ਪ੍ਰਾਪਤ ਅਸਥਾਨ ਹੈ ਜੀ। ਉਹਨਾਂ ਤੋਂ ਬਾਅਦ ਬਾਬਾ ਨਾਥਾ ਸਿੰਘ ਜੀ। ਬਾਬਾ ਨਾਥਾ ਸਿੰਘ ਜੀ ਕੌਣ ਸਨ? ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਵੇਲੇ ਰਬਾਬੀ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਨਗਾਰਕੀ ਸਿੰਘ। ਜਦੋਂ ਗੁਰੂ ਪਾਤਸ਼ਾਹ ਜੀ ਦਮਦਮਾ ਸਾਹਿਬ ਵਿਖੇ ਪਹੁੰਚੇ ਨੇ, ਉਸ ਵੇਲੇ ਬਾਬਾ ਰਾਮ ਸਿੰਘ ਅਤੇ ਤ੍ਰਿਲੋਕ ਸਿੰਘ ਨਾਭਾ ਰਿਆਸਤ ਦੇ ਬਜ਼ੁਰਗ ਸੀ ਜੀ। ਰਾਮ ਸਿੰਘ ਅਤੇ ਤ੍ਰਿਲੋਕ ਸਿੰਘ ਉਸ ਵੇਲੇ ਦਰਸ਼ਨਾਂ ਲਈ ਗਏ ਸੀ ਗੁਰੂ ਪਾਤਸ਼ਾਹ ਜੀ ਦੇ ਦਮਦਮਾ ਸਾਹਿਬ ਵਿਖੇ, ਅਤੇ ਛੋਟੇ ਸਾਹਿਬਜ਼ਾਦੇ ਨੇ ਜੋ ਉਹਦੀ ਸ਼ਹੀਦੀ ਹੋਈ ਉਸਦਾ ਦੁੱਖ ਸਾਂਝਾ ਕਰਨ ਲਈ ਗੁਰੂ ਪਾਤਸ਼ਾਹ ਦਰਸ਼ਨਾਂ ਲਈ ਦਮਦਮਾ ਸਾਹਿਬ ਪਹੁੰਚੇ ਨੇ। ਅਤੇ ਉਹਨਾਂ ਨੇ ਦੇਖਣਾ ਕੀਤਾ ਕਿ ਬਾਬਾ ਨਾਥਾ ਸਿੰਘ ਜੀ ਨੂੰ ਗੁਰੂ ਪਾਤਸ਼ਾਹ ਜੀ ਨੇ ਵਿਦਾ ਕੀਤਾ ਹੈ, ਕਿਉਂਕਿ ਉਸ ਵੇਲੇ ਗੁਰੂ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਕਈ ਸਿੰਘਾਂ ਨੂੰ ਕਿ ਤੁਸੀਂ ਇੱਥੇ ਠਹਿਰਨਾ ਹੈ, ਕਈ ਸਿੰਘਾਂ ਨੂੰ ਕਹਿਣਾ ਕੀਤਾ ਕਿ ਤੁਸੀਂ ਇੱਥੋਂ ਜਾ ਕੇ ਸੰਗਤਾਂ ਨਾਮ ਬਾਣੀ ਦਾ ਅਭਿਆਸ ਕਰਾਉਣਾ ਦੂਸਰੇ ਸਥਾਨਾਂ 'ਤੇ, ਅਤੇ ਕਈ ਸਿੰਘਾਂ ਨੂੰ ਕਿਹਾ ਕਹਿਣਾ ਕੀਤਾ ਕਿ ਤੁਸੀਂ ਸਾਡੇ ਨਾਲ ਚੱਲਣਾ ਹੈ ਅੱਗੇ। ਉਸ ਵੇਲੇ ਬਾਬਾ ਨਾਥਾ ਸਿੰਘ ਨੂੰ ਵਿਦਾਇਗੀ ਦਿੱਤੀ ਹੈ ਉੱਥੋਂ ਗੁਰੂ ਪਾਤਸ਼ਾਹ ਜੀ ਦਮਦਮਾ ਸਾਹਿਬ। ਜਦੋਂ ਦਮਦਮਾ ਸਾਹਿਬ ਨੂੰ ਵਿਦਾਇਗੀ ਦੌਰਾਨ ਇਹ ਸ਼ਸਤਰ ਜੋ ਆਪ ਜੀ ਨੇ ਦਰਸ਼ਨ ਕਰੇ ਨੇ, ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਹੱਥ ਲਿਖਤ ਦਸਮ ਗ੍ਰੰਥ ਵਿਦਾਇਗੀ ਵਜੋਂ ਬਖਸ਼ਿਸ਼ ਕੀਤੇ ਨੇ, ਤਾਂ ਬਾਬਾ ਰਾਮ ਸਿੰਘ ਜੀ ਨੇ ਦੇਖਣਾ ਕੀਤਾ ਕਿ ਗੁਰੂ ਜੀ ਨੇ ਸਿੰਘ ਸਾਹਿਬ ਨੂੰ ਵਿਦਾਇਗੀ ਦਿੱਤੀ ਆ। ਤਾਂ ਉਸ ਵੇਲੇ ਤ੍ਰਿਲੋਕ ਸਿੰਘ ਜੀ ਨੇ ਬੇਨਤੀ ਕਰੀ ਗੁਰੂ ਪਾਤਸ਼ਾਹ ਜੀ ਨੂੰ ਕਿ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ, ਸਾਡੇ ਕੋਲ ਇੱਕ ਕਿਲ੍ਹਾ ਛੇਵੇਂ ਪਾਤਸ਼ਾਹ ਦਾ, ਨਾਲੇ ਤਾਂ ਉਸ ਕਿਲ੍ਹੇ ਦੀ ਸੰਭਾਲ ਹੋ ਜਾਏਗੀ ਅਤੇ ਨਾਲ ਬਾਬਾ ਜੀ ਉੱਥੇ ਰਹਿ ਲੈਣਗੇ। ਅਤੇ ਜਦ ਤੋਂ ਬਾਬਾ ਨਾਥਾ ਸਿੰਘ ਜੀ ਇਸ ਸਥਾਨ 'ਤੇ ਆ ਗਏ ਨੇ, ਇਹ ਸਾਰੇ ਸ਼ਸਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਤੇ ਹੱਥ ਦੇ ਦਸਮ ਗ੍ਰੰਥ ਇੱਥੇ ਵਿਰਾਜਮਾਨ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁੱਖ ਪਰਿਵਾਰ